ਕਦੀ ਧਮਕੀਆਂ ਦੇ ਦਿੰਦਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਣਾ, ਸਾਨੂੰ ਕੁਛ ਨੀ ਪਤਾ ਸੁਬਹ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ ਸੀ, ਵਿਆਹ ਦੀ ਗੱਲ ਚੱਲਦੀ ਪਈ ਸੀ, ਇਹ ਸੀ ਮਨਪ੍ਰੀਤ ਨਾਲ ਹੀ, ਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ, ਤੇ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ, ਕੋਈ ਰਿਲੇਸ਼ਨ 'ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ, ਕੁੜੀ ਨੂੰ ਆਪਦੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਹੈ, ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ, ਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ, ਤਾਂ ਕੱਲ੍ਹ ਲੈ ਗਿਆ ਨੇ, ਦੋ ਤਿੰਨ ਦਿਨ ਹੋ ਗਿਆ ਰਾਜ਼ੀਨਾਮਾ ਕੀਤਾ ਹੈ ਅਸੀਂ DSP ਦਫ਼ਤਰ, DSP ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਵਾਂਗਾ ਅਤੇ ਰਾਜ਼ੀਨਾਮਾ ਲਿਖ ਦਿਓ, ਮੈਂ ਬਹਿ ਕੇ ਸਮਝੌਤਾ ਕਰ ਦਾਂਗਾ, ਅਤੇ ਹੁਣ ਉਹ ਪਤਾ ਨਹੀਂ ਲੈ ਗਿਆ, ਦੋ ਦਿਨ ਹੋਏ ਰਾਜ਼ੀਨਾਮੇ ਨੂੰ, ਤਿੰਨ ਦਿਨ, ਅਤੇ ਹੁਣ ਲੈ ਗਿਆ ਕੁੱਟ ਮਾਰ ਕੇ, ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ 'ਚ ਕਿੰਨੇ ਕਿੰਨੇ ਉੱਥੇ ਸੱਟ ਦਿੱਤਾ, ਅਤੇ ਸਾਨੂੰ ਉੱਥੋਂ ਫੋਨ ਆਇਆ ਸੀ। ਹਾਂਜੀ ਲੜਕੀ ਬੇਹੋਸ਼ ਹੈ, ਸਾਨੂੰ ਇਹਦਾ ਇਨਸਾਫ਼ ਚਾਹੀਦਾ। ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 'ਤੇ ਇੱਕ ਲੜਕੀ ਨੂੰ, ਅਤੇ ਹਿਸਟਰੀ ਸਾਨੂੰ ਦਿੱਤੀ ਗਈ ਸੀਗੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਹੈਗੀ, ਅਤੇ ਪੇਸ਼ੈਂਟ ਦਾ ਅਸੀਂ ਗੈਸਟਿਕ ਇਲਾਜ ਵਗੈਰਾ ਕਰਤਾ ਹੈ, ਪੇਸ਼ੈਂਟ ਦੀ ਹਾਲਤ ਸਾਨੂੰ ਥੋੜ੍ਹੀ ਨਾਜ਼ੁਕ ਲੱਗ ਰਹੀ ਹੈ, ਇਸ ਕਰਕੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਹੈ, ਅਤੇ ਪੇਸ਼ੈਂਟ ਦਾ ਨਾਮ ਸਲਮਾ, ਪਿਤਾ ਦਾ ਨਾਮ ਸਾਬਾ, ਬੋਲਬਾਗ ਦੇ ਰਹਿਣ ਵਾਲੇ ਹਨ, ਪੁਲਿਸ ਇਨਫੋਰਮੇਸ਼ਨ ਵੀ ਭੇਜ ਕੇ ਹੋਈ ਹੈ, ਬਾਕੀ ਹਜੇ ਕਰ ਰਹੀ ਹੈ। ਲੜਕੀ ਦਾ ਮਸਲਾ ਹੈ, ਕੀ ਮਸਲਾ ਸੀ ਤਾਂ ਕਿੱਥੋਂ ਦਾ ਮਸਲਾ? ਸਰ ਇਹ ਲੜਕੀ ਕੋਈ ਸਲਮਾ, ਸਾਨੂੰ ਇਨਫੋਰਮੇਸ਼ਨ ਦਿੱਤਾ ਜਮਾਂ ਦੋਸਤ ਤੋਂ, ਕੇਸ ਹੈ ਅਤੇ ਅਸੀਂ ਉਹਨੂੰ ਢੂੰਡ ਰਹੇ ਹਾਂ, ਅਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਫਿਰੋਜ਼ਪੁਰ ਹਸਪਤਾਲ ਦੇ ਵਿੱਚ। ਅਸੀਂ ਸਰ ਇੱਥੇ ਆਏ ਹਾਂ ਵੀ ਇੱਥੇ ਆ ਕੇ ਸਾਨੂੰ ਡਾਕਟਰ ਸਾਹਿਬ ਨੇ ਜਦੋਂ ਪੁੱਛਿਆ ਵੀ ਲੜਕੀ ਅਨਕੋਨਸ਼ੀਅਸ, ਕਹਿੰਦੇ ਅਨਫਿਟ ਹੈ, ਇਹਨੂੰ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕਰਤਾ, ਅਤੇ ਇੱਥੇ ਜੋ ਸਟੇਟਮੈਂਟ ਦੇਣਗੇ ਲੜਕੀ ਉਹ ਜਾਂ ਗੁਰਦਰ ਕਰ ਰਹੇ ਹਨ ਅਤੇ ਲੈ ਕੇ